सत श्री अकाल जी, मैं राहुल गुप्ता, मेंबर पंजाब स्टेट कोविड कंट्रोल रूम। आज कर्फ्यू दे 41वें दिन ताज़ा जानकारी इस प्रकार है। पंजाब दे कोविड दे आंकड़े, कुल पॉजिटिव 772, जो कि कल दी गिनती नालों 187 वध हैं। ठीक होए 112, कुल मौतां 20। विश्व दे आंकड़े, संक्रमित होए 34,22,000, ठीक होए 10,93,000, मृतक 2,40,000। भारत के आंकड़े, संक्रमित होए 37,336, ठीक होए 10,007, मृतक 1,223। NRIs अते बाहरले मुल्कां विच पढ़ते बच्चों की मुश्किलों को दूर करने लई पंजाब सरकार ने वख-वख स्कूलों विच वख-वख मुल्कां विच जिवें कि UK, दुबई, कनेडा, स्पेन, अमरीका आदि विच स्पैशल कोआर्डीनेटर अपॉइंट किए हैं। लोड़वंद इन्हां कोआर्डीनेटर्स या जिला प्रशासन ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਆਪਣੇ NRI ਭਰਾਵਾਂ ਭੈਣਾਂ ਅਤੇ ਸਟੂਡੈਂਟਸ ਦਾ ਵੇਰਵਾ ਨੋਟ ਕਰਵਾ ਸਕਦੇ ਹਨ। ਇਹ ਕੋਆਰਡੀਨੇਟਰ ਬਾਹਰਲੇ ਮੁਲਕਾਂ ਦੇ ਮਿਸ਼ਨਸ ਦੇ ਨਾਲ ਸੰਪਰਕ ਵਿੱਚ ਹਨ। ਕੱਲ ਅਸੀਂ ਸੋਚਿਤ ਕੀਤਾ ਸੀ ਕਿ ਜੇਕਰ ਕੋਈ ਵੀ ਮਾਈਗ੍ਰੈਂਟ ਲੇਬਰ ਜੋ ਪੰਜਾਬ ਵਿੱਚ ਹੈ, ਜੋ ਆਪਣੇ ਨਿੱਜੀ ਰਾਜ ਵਿੱਚ ਵਾਪਸ ਜਾਣਾ ਚਾਹੁੰਦਾ ਹੈ, ਉਹ ਆਨਲਾਈਨ ਅਪਲਾਈ ਕਰ ਸਕਦਾ ਹੈ। ਅੱਜ ਅਸੀਂ ਇਹ ਵੀ ਸੋਚਿਤ ਕਰਦੇ ਹਾਂ ਕਿ ਜੇਕਰ ਕੋਈ ਪੰਜਾਬੀ ਬਾਹਰਲੇ ਕਿਸੇ ਸਟੇਟ ਵਿੱਚ ਹੈ ਔਰ ਉਹ ਵਾਪਸ ਪੰਜਾਬ ਵਿੱਚ ਪਰਤਣਾ ਚਾਹੁੰਦਾ ਹੈ, ਤਾਂ ਉਹ ਬਿਨਾਂ ਕਿਸੇ ਦੇਰੀ ਦੇ www.covidhelp.punjab.gov.in ਤੇ ਦਰਜ ਕਰੇ ਅਤੇ ਅਜਿਹਾ ਕਰਨ ਵਿੱਚ ਕੋਈ ਦੇਰੀ ਨਾ ਅਪਣਾਏ। ਫਸਲੀ ਵਿਭਿੰਨਤਾ ਵਧਾਉਣ ਲਈ ਸਰਕਾਰ ਵੱਲੋਂ ਰਾਜ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਖਰੀਫ ਸੀਜ਼ਨ ਵਿੱਚ ਵੀ ਮੱਕੀ ਦੀ ਬਿਜਾਈ ਹੇਠ ਰਕਬੇ ਨੂੰ ਦੁੱਗਣਾ ਕਰਨ ਲਈ ਐਗਰੀਕਲਚਰ ਮਹਿਕਮੇ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਰਟੀਫਾਈਡ ਮੱਕੀ ਦਾ ਬੀਜ ਖੁੱਲ੍ਹੀ ਤਰ੍ਹਾਂ ਉਪਲਬਧ ਕਰਨਾ ਯਕੀਨੀ ਬਣਾਵੇ। ਸੋਸ਼ਲ ਡਿਸਟੈਂਸਿੰਗ ਅਤੇ ਸਾਫ਼ ਸਫਾਈ ਨੂੰ ਯਕੀਨੀ ਬਣਾਉਂਦਿਆਂ 1 ਮਈ ਤੱਕ 81 ਲੱਖ ਮੈਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਸੀ। ਸ਼ਲਾਘਾਯੋਗ ਗੱਲ ਇਹ ਹੈ ਕਿ ਖਰੀਦ ਦਾ 2/3 ਕੰਮ ਪੂਰਾ ਹੋ ਚੁੱਕਾ ਹੈ ਅਤੇ 3600 ਮੰਡੀਆਂ ਵਿੱਚੋਂ ਕੇਵਲ 10 ਜਾਂ 11 ਮੰਡੀਆਂ ਵਿੱਚ ਹੀ ਕੋਵਿਡ ਪੋਜ਼ਿਟਿਵ ਕੇਸ ਡਿਟੈਕਟ ਹੋਇਆ। ਬਾਕੀ ਸਾਰੀ ਮੰਡੀਆਂ ਵਿੱਚ ਪ੍ਰੋਕਿਓਰਮੈਂਟ ਦਾ ਕੰਮ ਪੂਰੀ ਸਮੂਥਲੀ ਚੱਲ ਰਿਹਾ ਹੈ। PSPCL ਅਤੇ PSTCL ਦੀ ਮੈਨੇਜਮੈਂਟ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ 7,91,00,000 ਰੁਪਏ ਦਾ CM ਕੋਵਿਡ ਰਿਲੀਫ ਫੰਡ ਵਿੱਚ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਪੰਜਾਬ ਐਗਰੋ ਅਤੇ ਉਸ ਦੇ ਨਾਲ ਜੁੜੇ ਅਦਾਰਿਆਂ ਨੇ 21,75,000 ਰੁਪਏ ਦਾ CM ਕੋਵਿਡ ਰਿਲੀਫ ਫੰਡ ਵਿੱਚ ਯੋਗਦਾਨ ਪਾਇਆ ਹੈ। ਇਸ ਗੱਲ ਦਾ ਕੋਈ ਪੁਖਤਾ ਸਬੂਤ ਨਹੀਂ ਹੈ ਕਿ ਤੇਜ਼ ਤਾਪਮਾਨ ਕੋਵਿਡ ਵਾਇਰਸ ਤੋਂ ਬਚਾਉਂਦਾ ਹੈ ਜਾਂ ਇਸ ਵਾਇਰਸ ਦਾ ਖਾਤਮਾ ਕਰਦਾ ਹੈ। ਇਸ ਲਈ ਆਪਣੇ ਆਪ ਨੂੰ ਤੇਜ਼ ਤਾਪਮਾਨ ਵਿੱਚ ਜਾਣ ਬੁੱਝ ਕੇ ਨਾ ਝੋਕਿਓ। ਅਜਿਹਾ ਕਰਨ ਨਾਲ ਆਪਦੀ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ। ਲੋਕਡਾਊਨ ਦੌਰਾਨ ਤਣਾਓ ਵੱਧ ਰਿਹਾ ਹੈ। ਇਸ ਦੇ ਉੱਤੇ ਕਾਬੂ ਪਾਉਣ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਹੈਲਪਲਾਈਨ ਨੰਬਰ ਹੈ 1800-1800-4104। ਇਸ 'ਤੇ ਡਾਇਲ ਕਰੋ ਅਤੇ ਐਕਸਪਰਟਸ ਦੇ ਨਾਲ ਗੱਲ ਕਰੋ। ਕਰਫਿਊ ਦੌਰਾਨ ਕਰੋਨਾ ਤੋਂ ਬਚਣ ਲਈ ਘਰਾਂ ਵਿੱਚ ਹੀ ਰਹੋ, ਅਜਿਹਾ ਆਪ ਨੂੰ ਬੇਨਤੀ ਹੈ। ਅੱਜ ਇੰਨਾ ਹੀ, ਧੰਨਵਾਦ। अपडेट्स के लिए नेशन न्यूज़ को सब्सक्राइब करना ना भूलें और नोटिफिकेशन के लिए रेड बेल आइकन जरूर दबाएं।